ਏ ਆਕਾਸ਼ ਵਾਨੀ ਜੰਮੂ ਹੈ ਸੰਝਾ ਡੋਰੀ ਖਬਰਾਂ ਜਤੋਂ ਦੇ ਸਭਨੇ ਦਾ ਸਵਾਗਤ ਪਹਿਲੇ ਖਾਸ ਖਾਸ ਖਬਰਾਂ ਕਰਨੇ ਮੈਂ ਵਿਕਾਸ ਸ਼ਰਮਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਰੇ ਆਖਿਆ ਜੇ ਸਰਕਾਰ ਆਸਿਆ ਕੀਤੇਗੇ ਦੇ ਨਿਕਾਂ ਸੁਧਾਰੇ ਕਰਨੇ کاروبار ਕਰਨਾ ਮਤਾ ਛੋਖਾ ਉਹ ਇਹ ਹੈ ਲੈਫਟੀਨੈਂਟ ਗਵਰਨਰ ਮਨੂਜ ਸਿਨਾ ਉਰੇ ਆਖਿਆ ਹੈ ਜੇ ਜੰਮੂ ਕਸ਼ਮੀਰ ਚ ਰਮਾਨਦਾਰੀ ਤੇ ਵਿਕਾਸ ਯਕੀਨੀ ਬਣਾਉਣੇ ਲਈ ਸੁਰੱਖਿਆ ਬਲ ਤੇ ਪ੍ਰਸ਼ਾਸਨ ਸਖਤ ਮਿਹਨਤ ਕਰਾ ਕਰਦੇ ਨੇ ਸਿਨਾਉਰੇ ਕੁਲ ਗਾਮ ਵਿੱਚ ਨਵੇਂ ਜਨਜਾਤੀ ਯੂਥ ਹੋਸਟਲ ਲਈ ਨੀਂ ਪੱਥਰ ਰੱਖਿਆ ਤੇ ਇੱਕ ਲਬੇ ਆਦਰਸ਼ ਰਿਹਾਇਸ਼ੀ ਸਕੂਲ ਦਾ ਉਦਘਾਟਨ ਵੀ ਕੀਤਾ ਸੁਰੱਖਿਆ ਬਲ ਨੇ ਬਾਰਾਮੂਲਾ ਜ਼ਿਲ੍ਹੇ ਚ ਆਮ ਲੋਕਾਂ ਕੀ ਨਿਸ਼ਾਨਾ ਬਣਾਣੇ ਦੇ ਪਿਹੜੇ ਮਨਸੂਬੇ ਬਣਾਈਏ ਬੈਠੇ ਦੇ ਲਸ਼ਕਰੇ ਤੈਬਾ ਦੇ ਦੋ ਆਤੰਗਵਾਦੀ ਗ੍ਰਿਫਤਾਰ ਕੀਤਾ ਹੈ ਬਾਰਾਮੂਲਾ ਸ਼ਰੀ ਨਗਰ ਜਰਨਲੀ ਛਟਕਾ ਪਰ ਲਾਈ ਗਈ ਦੀ ਆਈਈਡੀ ਦਾ ਸੁਰੱਖਿਆ ਬਲ ਨੇ ਪਤਾ ਲਾਈਏ ਉਸੀ ਨਕਾਰਾ ਕਰੀ ਦਿੱਤਾ ਹੈ ਜੰਮੂ ਕਸ਼ਮੀਰ ਪ੍ਰਸ਼ਾਸਨਿਕ ਕੌਂਸਲ ਨੇ ਜੰਮੂ ਚ 50000 ਰਿਹਾਇਸ਼ੀ ਇਮਾਰਤਾਂ ਉਪਰ 200 ਮੈਗਾਵਾਟ ਗ੍ਰਿਡ ਕਰਨੇ ਜੁੜੇ ਦੇ ਰੂਫਟਾਪ ਸੋਲਰ ਪਾਵਰ ਪਲਾਂਟ ਲਾਏ ਜਾਣੇ ਦੀ ਮਨਜ਼ੂਰੀ ਦੇ ਦਿੱਤੀ ਹੈ ਇਹ ਪ੍ਰੋਜੈਕਟ ਮਾਰਚ 2024 ਤੱਕ ਸਭੂਰਾ ਕੀਤਾ ਜਾਗ ਹੁਣ ਖਬਰਾਂ ਦੀ ਤਫਸੀਲ ਕਰਨੇ ਬਿਜੇ ਪਾਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਆਖਿਆ ਜੀ ਸਰਕਾਰ ਪਾਸਿਆ ਕੀਤੇ ਗਏ ਦੇ ਨੇਕਾ ਸੁਧਾਰੇ ਕਰਨਾ ਨਇ ਕਾਰੋਬਾਰ ਕਰਨਾ ਮਤਾ ਸੌਖਾ ਸਖਲਾ ਹੋਈ ਗਿਆ ਮੋਦੀ ਨੇ ਟਵਿੱਟਰ 'ਤੇ ਆਖਿਆ ਜੇ ਕਈ ਪੁਰਾਣੇ ਕਾਨੂੰਨ ਨੇ ਕਰੀ ਵਿਕਾਸ 'ਚ ਰੁਕਾਵਟ ਆਵਾ ਕਰਦੀ ਸੀ ਇਸ ਕਰੀਏ ਇਹਨੇ ਪੁਰਾਣੇ ਕਾਨੂੰਨਾਂ ਨੂੰ ਘਟਾਈ ਦਿੱਤਾ ਗਿਆ ਸੁਧਾਰ ਬਿਹਤਰ ਕਾਰਗਰਕੀ ਤੇ ਤਬਦੀਲੀ ਦੇ ਮੰਤਰ ਕਰਨੇ ਭਾਰਤ ਦੁਨੀਆ 'ਚ ਸਭਨੇਸ਼ਾ ਤੇਜ਼ੀਆ ਕਰਨੇ ਵੱਧਦੀ ਅਰਥਵਿਵਸਥਾ ਦੇ ਰੂਪੈ 'ਚ ਉਭਰੀ ਹੈ ਸਾਹਮਣੇ ਆਇਆ ਹੈ ਪ੍ਰਧਾਨ ਮੰਤਰੀਓ ਨੇ ਕਾਰੋਬਾਰ ਦੇ ਤਾਉ ਤਰੀਕੇ ਸਖਾਲੇ ਬਣਾਉਣ ਦੇ ਖੇਤਰ 'ਚ ਵਿਆਪਕ ਸਮ੍ਰਿਧੀ ਦੇ ਪ੍ਰਸਾਰ ਤੇ ਉਦਮਤਾ 'ਤੇ ਪ੍ਰੋਤਸਾਹਨ ਦੇਣੇ ਕੀਤਾ ਪਿਛਲੇ 8 ਮਹੀਨਿਆਂ 'ਚ ਕੀਤੇ ਗਏ ਸੁਧਾਰਾਂ ਦਾ ਬਿਆਰ ਦਿੱਤਾ ਉਨੇ ਮਾਈ ਗੋਫ ਦੇ ਟਵਿੱਟਰ ਅਕਾਊਂਟ ਤੇ ਆਪਣੀ ਵੈਬਸਾਈਟ ਤੇ ਨਮੋ ਐਪ ਪਰ ਪ੍ਰਦਰਸ਼ਿਤ ਲੇਖ ਵੀ ਸਾਂਝੇ ਕੀਤੇ ਨਾ ਲੈਫਟਨੈਂਟ ਗਵਰਨਰ ਮਨੋਤ ਸਿਨਾਉਰੇ ਆਖਿਆ ਜੇ ਜੰਮੂ ਕਸ਼ਮੀਰ ਚਰਮਾਨਦਾਰੀ ਤੇ ਵਿਕਾਸ ਯਕੀਨੀ ਬਣਾਉਣੇ ਲਈ ਸੁਰੱਖਿਆ ਬਲ ਤੇ ਪ੍ਰਸ਼ਾਸਨ ਸਖਤ ਮਿਹਨਤ ਕਰਾ ਕਰ ਦੇਣ ਕੁਲਗਾਮ ਚ ਨਵੇਂ ਜਨਜਾਤੀਏ ਯੂਥ ਹੋਸਟਲ ਲਈ ਨੀਂਹ ਪੱਥਰ ਰੱਖਨੇ ਤੇ ਇਕਲਵਯ ਆਦਰਸ਼ ਰਿਆਇਸ਼ੀ ਸਕੂਲ ਦਾ ਉਦਘਾਟਨ ਕਰਨ ਦੇ ਪ੍ਰੰਤ ਕੀ ਠੱਗੇ ਭਾਸ਼ਣ ਦਿੰਦੇ ਹੋਏ ਲੈਫਟੇਨੈਂਟ ਗਵਰਨਰ ਹੋਰੀ ਆਖਿਆ ਜੇ ਕਸ਼ਮੀਰ ਚ ਅਤੰਕਵਾਦ ਆਪਣੇ ਖੀਰੀ ਚਰਨ ਚ ਹੈ ਤੇ ਅਲਪਸੰਖਿਆਕ ਸਮੁਦਾਏ ਦੇ ਲੋਕਾਂ ਦੀ ਤਾਲਮੀ ਬਿਨਾਉ ਉਪਰ ਕੀਤੀ ਗਈ ਅਤਿਆਆਂ ਦਾ ਮਕਸਦ ਸੁਰੱਖਿਆ ਬਲੈੰਗੀ ਚੁੱਕ ਦੇਣਾ ਤਾਂ ਜੇ ਉਹ ਕੋਈ ਗਲਤੀ ਕਰਨ ਤੇ ਉਹਦੇ ਬਰੋਚ ਚ ਲੋਕ ਛੜ ਕੇ ਉਤਰੀ ਆਉਣ ਸ਼੍ਰੀ ਸਿਨਾਉਂ ਰਿਆਂ ਕਿਹਾ ਜੇ ਜਨਜਾਤੀ ਆਬਾਦੀ ਦੇ ਯੁਵਾਆਂ ਕੀ ਮਤਾ ਉਨਰਮੰਦ ਬਣਾਉਣ ਦੇ ਯਤਨ ਭਵਿੱਖ ਚ ਪੱਕ ਗਏ ਬਿਹਤਰ ਨਤੀਜੇ ਦਸਗਣ ਉਹਨੇ ਗਲਾਜ ਜਨਜਾਤੀ ਆਦਰਸ਼ ਗ੍ਰਾਂਹ ਰੋਜੀ ਰੁੱਟੀ ਸਰਬੰਧੀ ਇਕਾਈਆਂ ਤਾਂਚਗਤ ਵਿਕਾਸ ਵਾਲੇ ਪ੍ਰੋਜੈਕਟ ਨਮੇ ਗਸ਼ਤੀ ਮੈਡੀਕਲ ਯੂਨਟੇ ਰਾਂਹ ਸੇਧ ਸੇਵਾਇਂ ਥੋੜੀ ਸਖੱਲੀ ਪੁੱਜ ਜਨਜਾਤੀ ਉਪਕੇਂਦਰ ਤੇ ਔਰ ਕਈ ਇਤਿਹਾਸਿਕ ਪਹਿਲ ਕਦਮੀਆਂ ਜਨਜਾਤੀ ਆਬਾਦੀ ਕੀ ਮੇਦ ਦੀਕ ਨਮੀ ਲੋ ਦਸਾ ਕਰਦੀਆਂ ਹਨ ਉਨੇ ਇਪਿਕਲਾਟ ਜਨਜਾਤੀ ਸਮੁਦਾਏ ਦੇ ਤਰੱਕੀਵਾਦੀ ਆਸਤੇ ਜ਼ਿਲ੍ਹੇ ਚ ਬਖ ਬਖ ਜਨਜਾਤੀ ਯੋਜਨਾਏ ਤਹਿਤ 39 ਕਰੋੜ 79 ਲੱਖ ਰੁਪਏ ਮੁੱਲ ਦੇ ਪ੍ਰੋਜੈਕਟਿੰਗ ਦੀ ਤੋੜ ਚਾੜਿਆ ਚਾ ਕਰਦਾ ਹੈ ਪੁਲਸਾਏ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਚ ਬੇਦੋਸੇ ਲੋਕਾਂ ਕੀ ਨਿਸ਼ਾਨਾ ਬਣਾਉਣ ਦੇ ਪਿਹੜੇ ਮਨਸੂਬੇ ਬਨਾਈਏ ਬੈਠੇ ਦੇ ਲਸ਼ਕਰੇ ਤਾਇਬਾ ਦੇ ਦੋ ਆਤੰਕਵਾਦੀ ਗੀ ਅੱਜ ਗ੍ਰਿਫਤਾਰ ਕੀਤਾ ਹੈ ਪੁਲਸਾ ਦੇ ਇੱਕ ਪ੍ਰਵਕਤਾ ਨੇ ਦੱਸਿਆ ਜੇ ਇਹਨੇ ਦੰਨੇ ਅਤੰਕਵਾਦੀਆਂ ਦੀ ਪਛਾਣ ਨੇਹਾਲਪੁਰਾ ਪਟੰਨ ਦਿਰਾਉਣੀ ਵਾਲੇ ਇਰਸ਼ਾਦ ਮੀਰ ਤੇ ਜ਼ਾਹਿਦ ਬਸ਼ੀਰ ਦੇ ਤੌਰ 'ਤੇ ਕੀਤੀ ਗਈ ਹੈ ਇਹ ਦੰਨੇ ਜਨੇ ਬਿਲ ਤਰਤੀਬ 9 ਮਈ ਤੇ 20 ਮਈ ਥਮਾ ਲਾਪਤਾ ਹੋਈ ਹੈ ਲਸ਼ਕਰੇ ਤਾਇਬਾ ਅਤੰਕਵਾਦੀ ਗੁੱਟਕ ਨਾਲ ਜੁੜੀ ਕੇ ਦੇਖੇ ਪ੍ਰਵਕਤਾ ਮੁਜਬ ਇਹਨੇ ਦੰਨੇ ਅਤੰਕਵਾਦੀਆਂ ਦੀ ਗੀ ਬੇਦੋਸ ਲੋਕਾਂ ਪੰਚਾਇਤੀ ਰਾਜ ਇਦਾਰੇ ਦੇ ਸਦਸੇ ਤੇ ਅਲਪਸੰਖਿਆਕ ਸਮੁਦਾਏ ਦੇ ਲੋਕਾਂ ਕੀ ਨਿਸ਼ਾਨਾ ਬਣਾਉਣੇ ਦਾ ਜ਼ਿੰਮਾ ਸੌਂਪਿਆ ਗਿਆ ਹੈ ਉੰਦੇ ਤਮਾ ਡਾਉਂ ਚੀਨੀ ਪਸਤਾਉਲਾ 18 राउंड ਤੇ 3 ਮੈਗਜ਼ੀਨਾ ਬਰਾਮਦ ਕੀਤੀਆਂ ਗਈਆਂ ਹਨ ਪਟਨਪੁਲਿਸ ਥਾਣੇ 'ਚ ਇਸ ਸਰਬੰਧਾ ਦੇ ਮਾਮਲਾ ਦਰਜ ਕਰੀ ਹੈ ਅਗੜੀ ਤਫ਼ਤੀਸ਼ ਕੀਤੀ ਜਾ ਕਰਦੀ ਹੈ ਸੁਰੱਖਿਆ ਬਲ ਨੇ ਅੱਜ ਬਾਰਾਮੂਲਾ ਸ਼੍ਰੀਨਗਰ ਜਰਨੈਲੀ ਛੜਕਿਆਂ ਪਰ ਸੋਪੋਰ ਦੇ ਪੁਟਕਾ ਇਲਾਕੇ 'ਚ ਲਾਈ ਗਈ ਦੀ ਇੱਕ ਬਰੂਦੀ சுரੰਗ ਦਾ ਬੇਲਾ ਸਿਰ ਪਤਾ ਲਾਈ ਹੈ ਉਸੇ ਨਕਾਰਾ ਬਣਾਈ ਦਿੱਤਾ ਹੈ ਅਸਲ ਜਾਣਕਾਰੀ ਮੁਜਬ ਸੁਰੱਖਿਆ ਬਲ ਨੇ ਛੜਕਿਆਂ ਕੰਡੇ ਲਾਈ ਗਈ ਇੱਕ ਆਈਈਡੀ ਦਾ ਪਤਾ ਲਾਈ ਹੈ ਬੰਬ ਨਕਾਰਾ ਕਰਨ ਵਾਲੇ ਦਸਤੇਗ ਤੁਰਤ ਉੱਥੇ ਸੱਦ ਲਾਤਾ ਜਿਨੇ ਮਗਰਾ ਇਸ ਆਈਈਡੀ ਦੀ ਨਕਾਰਾ ਕਰੀ ਦਿੱਤਾ ਇਸ ਸਰਬੰਧ ਚ ਮਾਮਲਾ ਦਰਜ ਕਰੀ ਲਤਾ ਗਿਆ ਹੈ ਜਿਨਾ ਕਾਟੀ ਦੇ ਕਿਸ਼ ਇਸ ਇੰਚ ਕਰਫਿਊ ਬਰੋਬਰ ਜਾਰੀ ਰਹੂਗਾ ਉੱਥੇ ਕੁਛ ਵੀ ਥਾਰਾ ਥਮਾਕ ਉਸੇ ਮਾੜੀ ਕਟ ਨਾ ਦੀ ਜਾਣਕਾਰੀ ਨਹੀਂ ਹੈ ਪ੍ਰਸ਼ਾਸਨ ਨੇ ਆਖਿਆ ਜੇ ਸਮਾਪਰਦਾਇਕ ਤਨੁਤਨੀ ਕੀ ਕੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਕਰਦੀ ਹੈ ਤੇ ਦੋਨੇ ਸਮੁਦਾਇ ਦੇ ਮੰਨੇ ਪਰਮੰਨੇ ਦੇ ਸ਼ਹਿਰਦਾਰੇ ਰਮਾਨਦਾਰੀ ਚ ਖੌਦਲ ਪਾਣੀ ਵਾਲੇ ਮਾੜੇ ਅਨਾਸਰਿਨ ਖਿਲਾਫ ਸਖਤ ਕਾਰਵਾਈ ਕਰਨ ਦੀ ਗੁਜ਼ਾਰਸ਼ ਕੀਤੀ ਹੈ ਪਧਰਵਾ ਕਸ਼ਤਵਾਰ ਕਸਮੇਸਨ ਕਈਓਰ ਇਲਾਕੇ ਚ احتਿਆਤੀ ਤੌਰ ਪਰ ਬ੍ਰੌਡਬੈਂਡ ਤੇ ਮੋਬਾਈਲ ਇੰਟਰਨੈਟ ਸੇਵਾ ਮੁਕਤਲ ਰੱਖੀਆਂ ਗਈਆਂ ਨੇ ਪਰ ਦੀ ਆਜ਼ਾਦੀ ਦਾ 75ਵਾਂ ਬਰ੍ਹਾ ਸ਼ੁਰੂ ਹੋਣ ਦੇ ਸਿਲਸਿਲੇ 'ਚ ਆਕਾਸ਼ਵਾਣੀ ਜੰਮੂ ਦਾ ਖੇਤਰੀય ਸਮਾਚਾਰਿਕਾੰਚ ਜੰਮੂ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਸਟੂਡੈਂਟਸ ਵੈਲਫੇਅਰ ਦੇ ਸਹਿਯੋਗ ਕਨੇ ਪੇਸ਼ ਕਰਾ ਕਰਦਾ ਹੈ ਵਿਸ਼ੇਸ਼ ਪ੍ਰਸ਼ਨੋਤਰੀ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਕੁਇਜ਼ ਇੰਡੀਆ ਐਟ 75 ਇਹਦੇ ਤਹਿਤ ਅਰ ਸੰਗਾਰਾਂ ਬੱਦਲਾ ਨੌਬੀਆਲੇ ਡੋਗਰੀ ਬੁਲਟਨ 'ਚ ਇੱਕ ਸਵਾਲ ਪੁੱਛਿਆ ਜਾਂਦਾ ਹੈ ਜਿਹਦਾ ਜਵਾਬ ਸ਼੍ਰੋਤਾ ਸਾਡੇ ਈਮੇਲ ਐਡਰੈਸ india75quiz@gmail.com ਉੱਪਰ ਭੇਜੀ ਸਕਦੇ ਨਾ ਜੇਤੂਏ ਦੀ ਤਾਲ ਪਰਚੀ ਰਾਇ ਕੀਤੀ ਜਾਂਦੀ ਹੈ ਤੇ ਉਹਦੇ ਨਾਂ ਦੀ ਕੋਸ਼ਨਾ ਅਗਲੇ ਰੋਜ਼ ਮੰਗਲਵਾਰ ਬੱडले ਵਾਲੇ ਡੋਗਰੀ ਬੁਲਟਨ ਚ ਕੀਤੀ ਜਾਂਦੀ ਹੈ শ্রোਤਾਇਂ ਅੱਗੇ ਅਪੀਲ ਹੈ ਜਿਓ ਜਵਾਬ ਦੇ ਕੰਨ ਹੈ ਆਪਣਾ ਪੂਰਾ ਪਤਾ ਵੀ ਲਿਖਨ ਤਾਂਜੇ ਜੇਤੂਏ ਕੀ ਸਰਟੀਫਿਕੇਟ ਡਾਕ ਰਾਹੀਂ ਉਹਦੇ ਘਰ ਹੰਤਾ ਘਰ ਪਹੁੰਚਾਈ ਜਾਇ ਸਕਨ শ্রোਤਾਇਂ ਅੱਗੇ ਇੱਕ ਵੀ ਅਪੀਲ ਹੈ ਜਿਓ ਸਰਟੀਫਿਕੇਟ ਥੋਨੇ ਮਗਰਾ ਉਹਦੇ ਕੰਨ ਹੈ ਆਪਣੀ ਇੱਕ ਸੈਲਫੀ ਖਿੱਚੀ ਹੈ ਅਸਾਂ ਕੀ ਇਸ ਦਾ ਈਮੇਲ ਆਈਡੀ ਪਰ ਭੇਜਨ ਤਾਂਜੇ ਅਸ ਉਸੀ ਆਪਣੇ ਸੋਸ਼ਲ ਮੀਡੀਆ ਪਰ ਅਪਲੋਡ ਕਰੀ ਸਕਜੈ ਇਹ ਖਬਰਾਂ ਤੁਸ ਆਕਾਸ਼ਵਾਣੀ ਜੰਮੂ ਤੋਂ ਸੁਨਾਰਦੀਓ। ਉਨਪਾਕੀ ਦੀਆਂ ਖਬਰਾਂ ਕਰਨਾ ਹੈ ਵਿਕਾਸ ਸ਼ਰਮਾ। ਲੈਫਟਿਨੈਂਟ ਗਵਰਨਰ ਮਨੋਸੀਨਾ ਉੰਦੀ ਅਗਵਾਈ ਵਾਲੀ ਪ੍ਰਸ਼ਾਸਨਿਕ ਕਾਉਂਸਲ ਨੇ ਜੰਮੂ ਕਸ਼ਮੀਰ ਊਰਜਾ ਵਿਕਾਸ ਏਜੰਸੀ ਪਾਸਿਆ ਜੰਮੂ ਚ ਸੋਰ ਊਰਜਾ ਸਰਵੰਦੀ ਸੋਲਰ ਸਿਟੀ ਮਿਸ਼ਨ ਤਹਿਤ ਰਿਆਸੀ ਇਮਾਰਤਾਂ ਦੀਆਂ ਛੱਤਾਂ ਉੱਪਰ 200 ਮੀਗਾਵਾਟ ਗ੍ਰਿਡ ਕਰਨੇ ਜੁੜੇ ਦੇ ਰੂਫ ਟਾਪ ਸੋਲਰ ਪਾਵਰ ਪਲਾਂਟ ਲਾਏ ਜਾਣੇ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਤਹਿਤ ਜੰਮੂ ਸ਼ਹਿਰਾ ਚ 50 ਹਜ਼ਾਰ ਰਿਹਾਇਸ਼ੀ ਇਮਾਰਤਾਂ ਦੀਆਂ ਛੱਤਾਂ ਉਪਰ 200 ਮੀਗਾਵਾਟ ਗ੍ਰਿਡ ਕਰਨੇ ਜੁੜੇ ਦੇ ਰੂਫ ਟਾਪ ਸੋਲਰ ਪਾਵਰ ਪਲਾਂਟ ਲਾਏ ਜਾਣਗਣ ਤੇ ਇੰਦੇ ਉਪਰ ਅੰਦਾਜ਼ਨ ਕੋਈ 140 ਕਰੋੜ ਰੁਪਏ ਦੀ ਲਾਗਤ ਆਊਗ ਇਸ ਪ੍ਰੋਜੈਕਟ ਦੀ ਮਾਰਚ 2024 ਤੱਕ ਰਸਬੂਰਾ ਕਰ ਲੈਤਾ ਜਾਗ ਤੇ ਇਹਦੀ ਮਿਆਦ ਪੰਜੀ ਭਰੇ ਤੱਕ ਦੀ ਹੋਊਗ ਇਸ ਯੋਜਨਾ ਤਹਿਤ 3 ਕਿਲੋਵਾਟ ਤਹਾਂ ਐਟ ਸਮਰਥ ਆਲਾ ਸੋਲਰ ਪਾਵਰ ਪੈਨਲ ਲੁਆਉਣੇ ਉਪਰ ਕੇਂਦਰ ਸਰਕਾਰ ਦੀ ਤਰਫਾ ਪ੍ਰੋਜੈਕਟਾਂ ਦੀ ਕੁੱਲ ਲਾਗਤ ਦਾ 40% ਇਸਾ ਤੇ ਰਾਜ ਸਰਕਾਰ ਦੀ ਤਰਫਾ 20% ਇਸਾ ਸਬਸਿਡੀ ਦੇ ਰੂਪ ਵਿੱਚ ਦਿੱਤਾ ਜਾਗ ਇਸੇ ਚਾਲੀ ਇਹਦੇ ਸ਼ਾ ਮਤੀ ਸਮਰਥ ਆਲਾ ਸੋਲਰ ਪਾਵਰ ਪੈਨਲ ਲੁਆਏ ਜਾਣੇ ਉਪਰ ਕੇਂਦਰ ਸਰਕਾਰ ਦੀ ਤਰਫਾ 20% ਸਬਸਿਡੀ ਦਿੱਤੀ ਜਾਗ ਇਸ ਪ੍ਰੋਜੈਕਟ ਕਰਨੇ 8000 ਲੋਕਾਂ ਦੀ ਕੰਮ ਰੋਜ਼ਗਾਰ ਦੇ ਮੌਕੇ ਆਸਲ ਉੰਗਣ ਤੇ 28 ਕਰੋੜ ਯੂਨਿਟ ਊਰਜਾ ਦੀ ਪੈਦਾਵਾਰ ਵੀ ਯਕੀਨੀ ਬਣੂਗ ਜੰਮੂ ਕਸ਼ਮੀਰ ਨੇ ਬਿਜਲੀਕਰਨ ਦੇ 100 ਫੀਸਦੀ ਨਿਸ਼ਾਨੇ ਕੀ ਤੈ ਸ਼ੁਦਾ ਸਮੇਂ ਥਾ ਮਾ ਪਹਿਲੇ ਹਾਸਲ ਕਰਦੇ ਹੋਈ ਭਾਰਤ ਸਰਕਾਰ ਥਾ ਮਾ 100 ਕਰੋੜ ਰੁਪਏ ਦੀ ਰਕਮਾ ਦੇ ਬਰਾਬਰ ਦਾ ਇੱਕ ਪੁਰਸਕਾਰ ਹਾਸਲ ਕੀਤਾ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ ਸੋਭਾਗੇ ਤਹਿਤ ਪਹਿਲੇ ਗਏ ਗ੍ਰਾਮੀਣ ਇਲਾਕਿਆਂ ਚ ਬਿਜਲੀ ਪਹੁੰਚਾਉਣ ਦੇ 100 ਫੀਸਦੀ ਨਿਸ਼ਾਨੇ ਕੀ ਹਾਸਲ ਕੀਤੀ ਹੈ। ਸਮੂਲਚੀ ਜੂਟੀ ਚ ਤਕਰੀਬਨ 357405 ਘਰਾਂ 'ਚ ਬਿਜਲੀ ਪਹੁੰਚਾਈ ਗਈ ਹੈ। ਕਸ਼ਮੀਰ ਚ ਅੱਜ ਪੁੰਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰੀਐਕਟਰ ਪੇਮਾਨੇ ਉਪਰ ਪੁੰਛਾਲ ਦੀ ਤੇਜ਼ੀ 3.7 ਦਸੀ ਗਈ ਹੈ ਉहां ਇਹਦੇ ਕੰਨੇ ਜਾਨਮਾਲ ਦੇ ਕਿਸੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪੁੰਛਾਲ ਦੇ ਛਟਕੇ ਜੰਦੀ ਰਾਤੀ 12:37 ਮਿੰਟਾਂ ਉਪਰ ਮਹਿਸੂਸ ਕੀਤੇ ਗਏ ਤੇ ਇਹਦਾ ਕੇਂਦਰ ਪਹਿਲਗਾਮ ਵਿੱਚ ਤਰਤੇ ਦੇ ਕੋਈ 5 ਕਿਲੋਮੀਟਰ ਅੰਦਰ ਦੱਸਿਆ ਗਿਆ ਹੈ ਖੇਲੋ ਇੰਡੀਆ ਜੂਥ ਗੇਮਸ 2021 ਤਹਿਤ ਪੰਚਕੁਲਾ ਹਰਿਆਣਾ ਚ ਕਸ਼ਮੀਰ ਥਵਾ ਇੱਕ ਸਾਈਕਲਿਸਟ ਆਦਿਲ ﺍﻟताफ ਨੇ ਜਾਗਤਿਆਂ ਦੀ 70 ਕਿਲੋਮੀਟਰ ਸਾਈਕਲਿੰਗ ਰੇਸ ਮੁਕਾਬਲੇਵਾਜੀ ਚ ਸੁੰਨੇ ਦਾ ਤਗਮਾ ਜਿੱਤੇ ਆ ਇਹਦੇ ਥਵਾ ਪਹਿਲੇ ਕੱਲ ਉਨ ਇੱਕ ਚਾਂਦੀ ਦਾ ਤਗਮਾ ਜਿੱਤਿਆ ਹ ਜੰਮੂ ਕਸ਼ਮੀਰ ਦੀ ਸਾਈਕਲਿੰਗ ਟੀਮ ਨੇ ਦੁਇਥਾਰ ਆਸਲ ਕਰੀਏ ਇਤਿਹਾਸ ਵਿੱਚ ਆਪਣਾ ਨਾਮ ਦਰਜ ਕੀਤਾ ਹੈ ਲੇਫਟੀਨੈਂਟ ਗਵਰਨਰ ਨੋਸੀਨਾ ਉਰੇ ਆਦਲਗੀ ਸੁਣਨੇ ਦਾ ਮੈਡਲ ਜਿੱਤਨੇ ਤੇ ਖੇਲੋ ਇੰਡੀਆ ਯੂਥ ਗੇਮਸ ਵਿੱਚ ਇੱਕ ਨਵੇਂ ਰਿਕਾਰਡ ਆਸਤੇ ਮੁਆਰਖ ਦਿੱਤੀ ਹੈ ਦੇਸ਼ਾ 'ਚ ਕੋਵਿਡ ਥਾਂ ਠੀਕ ਉਹਨੇ ਆਲੇ ਦੀ ਦਰ 98.69 ਫੀਸਦੀ ਪੁੱਜੀ ਗਈ ਹੈ ਪਿਛਲੇ 24 ਘੰਟੇ ਦੌਰਾਨ ਦੇਸ਼ਾ 'ਚ ਕੋਵਿਡ ਦੇ 8329 ਨਵੇਂ ਮਾਮਲੇ ਸਾਹਮਣੇ ਆਏ ਨੇ ਤੇ 10 ਮਰੀਜ਼ਾਂ ਦੀ ਮੌਤ ਵੀ ਹੋਈ ਹੈ ਤੁਆਈ ਜੰਮੂ ਕਸ਼ਮੀਰ ਚ ਅੱਜ ਕੋਵਿਡ ਦੇ 12 ਨਵੇਂ ਮਾਮਲੇ ਸਾਹਮਣੇ ਆਏ ਜਿਨ੍ਹਾਂ ਚੋਂ 4 ਮਾਮਲੇ ਜੰਮੂ ਡਿਵੀਜ਼ਨ ਥਾਵਾਂ ਤੇ 8 ਮਾਮਲੇ ਕਸ਼ਮੀਰ ਘਾਟੀ ਥਾਵਾਂ ਦਰਜ ਕੀਤੇ ਗਏ। ਮੁਲਖ ਚ ਲਾਇ ਜਾਕਰ ਦੇ ਕੋਵਿਡ ਰੋਦੀ ਟੀਕਾ ਕਰਨ ਅਭਿਆਨ ਤਹਿਤ ਅਜੇ ਤੱਕ 194 ਕਰੋੜ 92 ਲੱਖ ਸ਼ਾਮਤੇ ਟੀਕੇ ਲਾਇਆ ਜਾਈ ਚੁਕੇ ਨੇ। ਕਸ਼ਮੀਰ ਘਾਟੀ ਚ ਅੱਜ ਮੌਸਮ ਸਾਫ਼ ਰਿਹਾ ਤੇ ਕੁਤੇ-ਕੁਤੇ ਅੰਸ਼ਿਕ ਤੌਰ 'ਤੇ ਬੱਦਲ ਵੀ ਛਾਏਦੇ ਰਹੇ। ਤੁਆਈ ਜੰਮੂ ਸਬਾਗ ਚ ਅੱਜ ਮੌਸਮ ਖੁਸ਼ਕ ਗੇ ਬਣੇ ਰਿਹਾ। ਮੌਸਮ ਵਿਭਾਗ ਨੇ ਆਖਿਆ ਜੀ ਜੰਮੂ ਕਸ਼ਮੀਰ ਚ ਅਗਲੇ 24 ਘੰਟੇ ਦੌਰਾਨ ਅਨਸ਼ਕ ਤੌਰ 'ਤੇ ਬੱਦਲ ਛਾਏ ਦੇ ਰੰਗਣ ਤੇ ਕੁਤੇ-ਕੁਤੇ ਗਰਜ ਚਮਕ ਕੰਨੇ ਬਰਖਾ ਵੀ ਬਰਨੇ ਦੀ ਮੀਦ ਹੈ ਆਖਿਰਚ ਖਾਸ ਖਾਸ ਖਬਰਾਂ ਇੱਕ ਬਾਰੀ ਭਰਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਜੀ ਸਰਕਾਰ ਆਸਿਆ ਕੀਤੇਗੇ ਦੇ ਨੇਕਾਂ ਸੁਧਾਰੇ ਕਰਨ ਕਾਰੋਬਾਰ ਕਰਨਾ ਮਤਾ ਸੌਖ ਹੋਈ ਗਿਆ ਹੈ ਲੈਫਟਨੈਂਟ ਗਵਰਨਰ ਮਨੋਜ ਸਿਨਾਉ ਨੇ ਆਖਿਆ ਕਿ ਜੰਮੂ ਕਸ਼ਮੀਰ ਚ ਰਮਾਨਦਾਰੀ ਤੇ ਵਿਕਾਸ ਯਕੀਨੀ ਬਣਾਉਣੇ ਆਸਤੇ ਸੁਰੱਖਿਆ ਬਲ ਤੇ ਪ੍ਰਸ਼ਾਸਨ ਸਖਤ ਮਿਹਨਤ ਕਰਾ ਕਰਦੇ ਨੇ ਸਿਨਾਉ ਨੇ ਕੁਲਗਾਮ ਚ ਨਵੇਂ ਜਨਜਾਤੀ ਯੂਥ ਹੋਸਟਲ ਲਈ ਨੀਂਹ ਪੱਥਰ ਰੱਖਿਆ ਤੇ ਇਕਲਵਯ ਆਦਰਸ਼ ਰਿਆਇਸ਼ ਸਕੂਲ ਦਾ ਉਦਘਾਟਨ ਵੀ ਕੀਤਾ ਸੁਰੱਖਿਆ ਬਲਿਮ ਬਾਰਾਮੂਲਾ ਜ਼ਿਲ੍ਹੇ ਚ ਬੇਦੋਸੇ ਲੋਕਾਂ ਦੀ ਨਿਸ਼ਾਨਾ ਬਣਾਉਣ ਦੇ ਪਿਆੜੇ ਮਨਸੂਬੇ ਬਣਾਈਏ ਬੈਠੇ ਦੇ ਲਸ਼ਕਰੇ ਤਾਇਬਾ ਦੇ ਦੰਗ ਆਤੰਕਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ ਭਾਰਮੁਲਾ ਸ਼੍ਰੀਨਗਰ ਜਰਨਲਿਸਟਾਂ ਦੇ ਛੜਕਿਆ ਪਰ ਲਾਇਕੀ ਦੀ ਆਈ.ਈ.ਡੀ ਦਾ ਸੁਰੱਖਿਆ ਬਲੇ ਬੇਲਾ ਸਿਰ ਪਤਾ ਲਾਈ ਹੈ ਉਸ ਹੀ ਨਕਾਰਾ ਕਰ ਦਿੱਤਾ ਤੇ ਜੰਮੂ ਕਸ਼ਮੀਰ ਪ੍ਰਸ਼ਾਸਨੀ ਕੌਂਸਲ ਨੇ ਜੰਮੂ ਚ 500082 ਇਮਾਰਤਿਓਂ ਪਰ 200 ਮੈਗਾਵਾਟ ਗ੍ਰਿਡ ਕਰਨੇ ਜੁੜੇ ਦੇ ਰੂਫਟਾਪ ਸੋਲਰ ਪਾਵਰ ਪਲਾਂਟ ਲਾਇ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ ਇਹ ਪ੍ਰੋਜੈਕਟ ਮਾਰਚ 2024 ਦਾ ਹਨ ਸਬੂਰਾ ਕੀਤਾ ਜਾਗ ਇਹ ਦੇ ਕਨੇਗਾ ਖਬਰਿੰਦਾ ਇਹ ਬੁਲੇਟਨ ਸਮਾਪਤ ਹੋ ਗਿਆ